are watching Channel Y. Channel Y, a South Asian Canadian channel. ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕਰ ਲੈਣ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਬਰਨਾਲਾ ਜ਼ਿਲ੍ਹੇ 'ਚ ਪਿਛਲੇ 2 ਦਿਨ ਤੋਂ 2 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਅਜਿਹਾ ਹੀ ਇੱਕ ਹੋਰ ਮਾਮਲਾ ਮੁੜ ਬਰਨਾਲਾ ਜ਼ਿਲ੍ਹੇ ਦੇ ਪਿੰਡ ਉਰੇਕੇ ਦਾ ਸਾਹਮਣੇ ਆਇਆ ਹੈ, ਜਿੱਥੇ 24 ਸਾਲ ਦੇ ਨੌਜਵਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਪੁੱਤਰ ਮਿੱਠੂ ਸਿੰਘ ਵਜੋਂ ਹੋਈ ਹੈ, ਜੋ 4 ਭੈਣਾਂ ਦਾ ਇਕਲੌਤਾ ਭਰਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਇਹ ਇਸ ਤਰ੍ਹਾਂ ਜੀ ਵੀ ਪਿੰਡ ਉਗੋ ਦਾ ਉਗੋਗੇ ਪਿੰਡ ਸਾਡੇ ਸਾਣੇ 'ਚ ਪੈਂਦਾ, ਉੱਥੋਂ ਦਾ ਇਹ ਨੌਜਵਾਨ ਆ ਜਗਸੀਰ ਸਿੰਘ ਸਨ ਆਫ ਮਿੱਠੂ ਸਿੰਘ। ਇਹਦੀ ਕਰੀਬ ਉਮਰ 23-24 ਸਾਲ ਉਮਰ ਹੈ ਅਤੇ ਸ਼ਾਦੀਸ਼ੁਦਾ ਵੀ ਹੈ ਕਰੀਬ 1 ਸਾਲ ਸਵਾ ਸਾਲ ਤੋਂ। ਅਤੇ ਇਹਦੀਆਂ 4 ਭੈਣਾਂ ਨੇ, ਜਿਹਦੇ ਵਿੱਚੋਂ 3 ਭੈਣਾਂ ਸ਼ਾਦੀਸ਼ੁਦਾ ਨੇ, 1 ਭੈਣ ਜਿਹੜੀ ਕੁਆਰੀ ਆ ਉਹਦਾ ਵਿਆਹ ਅੱਗੇ ਕਰਨਾ ਇਹਨਾਂ ਨੇ। ਅਤੇ ਇਹ ਥੋੜ੍ਹਾ ਜਿਹਾ ਇਹਨਾਂ ਦੇ ਘਰ ਦੇ ਵਿੱਚ ਆਰਥਿਕ ਪੱਖੋਂ ਵੀ ਕਹਿੰਦਾ ਸੀ ਵੀ ਉਹ ਭੈਣ ਦਾ ਵਿਆਹ ਕਰਨਾ ਅਤੇ ਪੈਸਿਆਂ ਦੀ ਜ਼ਰੂਰਤ ਹੈ, ਅਤੇ ਦਿਮਾਗੀ ਬੋਝ ਸੀ। ਦਿਮਾਗੀ ਬੋਝ ਦੇ ਕਾਰਨ ਇਹ ਆਪਣੀ ਕੋਈ ਜ਼ਹਿਰੀਲੀ ਦਵਾਈ ਪੀ ਗਿਆ, ਜਿਸ ਨੂੰ ਘਰ ਦੇ ਵਾਰਸਾਂ ਨੇ, ਇਹਦੇ ਫਾਦਰ ਨੇ ਉਹਨੂੰ ਹੋਸਪਿਟਲ 'ਚ ਤਪੇ ਦਾਖਲ ਕਰਾਇਆ ਸਰਕਾਰੀ ਹਸਪਤਾਲ ਤੋਂ। ਉੱਥੋਂ ਰੈਫਰ ਹੋਣ 'ਤੇ ਉਹਨੂੰ ਬਠਿੰਡੇ ਹਸਪਤਾਲ 'ਚ ਭੇਜਿਆ ਗਿਆ, ਮੈਕਸ ਹੋਸਪਿਟਲ। ਉੱਥੇ ਉਹਦਾ ਇਲਾਜ ਚੱਲ ਰਿਹਾ ਸੀਗਾ ਅਤੇ ਇਹਨੇ ਆਪਦਾ ਬਿਆਨ ਵੀ ਖੁਦ ਦਿੱਤਾ ਅਤੇ ਫਾਦਰ ਨੇ ਇਹਦੀ ਵੀ ਸਟੇਟਮੈਂਟ ਦੀ ਪ੍ਰੋੜਤਾ ਕੀਤੀ ਸੀ ਵੀ ਇਸ ਤਰ੍ਹਾਂ ਇਹ ਵਾਕਿਆ ਹੋਇਆ। ਇਹਨਾਂ ਦੇ ਵਿਧਾਨਾਂ ਦੇ ਆਧਾਰ 'ਤੇ ਵਾਰਸਾਂ ਦੇ ਅਤੇ ਇਹਦੇ ਲੜਕੇ ਦੇ ਵਿਆਹ ਦੇ ਆਧਾਰ 'ਤੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਹੁਣ ਉਹਦੀ ਲਾਸ਼ ਦਾ ਪੋਸਟਮਾਰਟਮ ਵੀ ਹੋ ਗਿਆ ਵਾ ਅਤੇ ਜਿਹੜੀ 174 ਦੀ ਕਾਰਵਾਈ ਅਸੀਂ ਵਾਰਸਾਂ ਦੇ ਅਤੇ ਆਧਾਰ 'ਤੇ ਜੋ ਵੀ ਉਹਨਾਂ ਨੇ ਬਿਆਨ ਦਿੱਤਾ ਉਹਦੇ ਮੁਤਾਬਕ ਕੀਤੀ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ 2 ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਅਤੇ ਉਸਦੇ ਸਿਰ 'ਤੇ 8 ਲੱਖ ਰੁਪਏ ਤੱਕ ਦਾ ਕਰਜ਼ਾ ਸੀ। ਪਿਛਲੇ ਸਾਲ ਹੀ ਉਸਦਾ ਵਿਆਹ ਹੋਇਆ ਸੀ ਅਤੇ ਅਗਲੇ ਮਹੀਨੇ ਉਸਦੀ ਇੱਕ ਭੈਣ ਦਾ ਵਿਆਹ ਵੀ ਹੈ। ਵਿਆਹ 'ਚ ਦਾਜ ਦੇਣ ਲਈ ਉਸ ਕੋਲ ਪੈਸੇ ਨਹੀਂ ਸਨ, ਜਿਸ ਕਾਰਨ ਉਹ ਪਰੇਸ਼ਾਨ ਰਹਿਣ ਲੱਗ ਪਿਆ। ਇਸੇ ਪਰੇਸ਼ਾਨੀ ਸਦਕਾ ਉਸਨੇ 9 ਸਤੰਬਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਅਤੇ ਅੱਜ ਉਸਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਘਰ ਦਾ ਵੀ ਕੁਛ ਨਹੀਂ ਸੀ ਹੈਗਾ, ਕਿਸੇ ਨਾਲ ਲੜਾਈ ਨਹੀਂ, ਪੜ੍ਹਾਈ ਨਹੀਂ, ਕੁਛ ਨਹੀਂ ਹੈਗਾ ਸੀ। ਬਸ ਥੋੜ੍ਹਾ ਜਿਹਾ ਕਰਜ਼ਾ ਦੇਣਾ ਸੀਗਾ ਅਤੇ ਵਿਆਹ ਕਰਨਾ ਸੀ, ਤਾਂ ਕਰਕੇ ਬਸ ਉਹਨੂੰ ਟੈਕਸਾਂ 'ਚ ਪਤਾ 2 ਕਿੱਲਾ ਬਾਹਰ ਦਾ, ਬਸ ਸਹੀ ਗੱਲ ਟੈਕਸਾਂ ਲਏ ਆ। ਅੱਛਾ ਜੀ, ਵਿਆਹ ਕਿੰਨੀ ਤਰੀਕ ਦਾ ਵਿਆਹ? ਵਿਆਹ ਵੀ 80 ਦੇ ਨਰਾਤਿਆਂ ਦਾ ਉੱਤੇ ਕਹਿੰਦੇ ਸੀ ਅਸੀਂ ਦੇਣਾਗਾ। ਹੋਰ ਕੋਈ ਲੜਾਈ ਨਹੀਂ, ਪੜ੍ਹਾਈ ਨਹੀਂ, ਘਰੇ ਕੋਈ ਜੀ ਪੈਂਦਾ ਨਹੀਂ ਹੈਗਾ ਸੀ, ਨਾ ਮੇਰੇ ਡੈਡੀ, ਨਾ ਮੰਮੀ, ਨਾ ਬਹੂ, ਨਾ ਮੇਰੀ ਭੈਣ, ਇਕੱਲੇ ਹੀ ਸੀ ਘਰੇ। ਦਵਾਈ ਵੀ ਕਹਿੰਦੇ ਲੈ ਕੇ ਆਏ, ਆਪ ਹੀ ਪੀਤੀ ਹੈ, ਸਾਨੂੰ ਨਹੀਂ ਪਤਾ ਵੀ ਕਿੱਥੋਂ ਲੈ ਕੇ ਆਏ। ਕਿ ਉਹ ਜੀ ਸਾਡਾ ਭਤੀਜਾ ਲੱਗਦਾ ਸੀਗਾ, ਵੱਡੇ ਭਾਈ ਦਾ ਮੁੰਡਾ ਸੀ, 22-23 ਸਾਲ ਦਾ ਸੀਗਾ ਅਤੇ ਉਹਦਾ ਨਾਂ ਜਗਸੀਰ ਸਿੰਘ ਸੀ ਜੀ। ਅਤੇ 4 ਭੈਣਾਂ ਦਾ ਭਾਈ ਸੀ, ਕੋਈ ਇੱਕ ਭੈਣ ਦਾ ਉਹਦਾ ਵਿਆਹ ਧਰਿਆ ਹੋਇਆ ਸੀ, ਉਹਦੇ ਟੈਂਸ਼ਨ 'ਚ ਰਹਿੰਦਾ ਸੀਗਾ ਵੀ ਅਸੀਂ ਕਿਵੇਂ ਵਿਆਹਾਂਗੇ, ਵੀ ਮੇਰੇ ਪਿਓ ਕੋਲ 1.5 ਕਿੱਲਾ ਵਾਹਣਦਾ, ਵੀ ਕੀ ਇਲਾਜ ਬਣੂਗਾ। ਉਸ ਦੇ ਟੈਂਸ਼ਨ ਦੇ ਵਿੱਚ ਇਹ ਸਪਰੇਅ ਦੀ ਕਾਰਨ ਪੀ ਗਿਆ ਜੀ। You are watching Channel Y, a South Asian Canadian channel.